ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ 5.3 ਦੀ ਤੀਬਰਤਾ ਵਾਲੇ ਭੁਚਾਲ ਦੇ ਨਾਲ ਕੰਬੀ ਧਰਤੀ ਤਾਂ ਦੋਸਤੋ ਰਾਜਸਥਾਨ ਦੇ ਬੀਕਾਨੇਰ ਦੇ ਵਿੱਚ 5.3 ਮਾਪ ਦਾ ਭੁਚਾਲ ਮਹਿਸੂਸ ਕੀਤਾ ਗਿਆ ਰਾਜਸਥਾਨ ਦੇ ਵਿੱਚ ਤੜਕੇ ਰਿਕਟਰ ਪਮਾਨੇ ਤੇ 5.3 ਮਾਪ ਦਾ ਭੁਚਾਲ ਬੀਕਾ ਨੈਰ ਦੇ ਵਿੱਚ ਆਇਆ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਐਨਸੀਐਸ ਸੰਚਾਰ ਦੇ ਅਨੁਸਾਰ ਭੁਚਾਲ ਸਵੇਰੇ 5:24 ਮਿੰਟ ਤੇ ਆਇਆ ਅਗਲੀ ਖਬਰ ਹੈ ਖੇਤੀ ਮੰਤਰੀ ਤੁਮਰ ਦੀ ਕਿਸਾਨਾਂ ਨੂੰ ਨਸੀਹਤ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਆਪਣੀਆਂ ਚਿੰਤਾਵਾਂ ਤੇ ਕਰੋ ਚਰਚਾ ਤਾ ਦੋਸਤੋ ਤੁਹਾਨੂੰ ਦੱਸਿਏ ਕਿ ਸਰਕਾਰ ਨੇ ਕਿਹਾ ਕਿ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕੇਂਦਰ ਤੇ ਸੂਬਿਆਂ ਦੀਆਂ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੇ ਅਨਾਜ ਦੀ ਖਰੀਦ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਨੂੰ ਤਿੰਨ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਜ਼ੋਰ ਦੇਣ ਦੀ ਬਜਾਏ ਖੇਤੀ ਐਕਟਾਂ ਦੇ ਹਿੱਸਿਆਂ ਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਚਰਚਾ ਕਰਨੀ ਚਾਹੀਦੀ ਹੈ ਤਾਂਕਿ ਉਹਨਾਂ ਦਾ ਹੱਲ ਕੱਢਿਆ ਜਾਵੇ ਅਗਲੀ ਖਬਰ ਹੈ ਪ੍ਰਧਾਨ ਮੰਤਰੀ ਮੋਦੀ ਦੀ ਸ਼ਾਮ 6 ਵਜੇ ਮੀਟਿੰਗ ਕਾਂਗਰਸ ਅਤੇ ਅਕਾਲੀ ਦਲ ਨੇ ਸਮੂਲੀਅਤ ਤੋਂ ਕੀਤਾ ਇਨਕਾਰ ਤਾਂ ਦੋਸਤੋ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਨੇ ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਵਿਖੇ ਸੱਦੀ ਗਈ ਸਰਬਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਨੇਤਾ ਮੱਲੀ ਕਾਰਜੂਨ ਖੜਕੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ ਫਲੋਰ ਲੀਡਰਸ ਦੀ ਥਾਂ ਸਾਰੇ ਸੰਸਦਾਂ ਨੂੰ ਮੀਟਿੰਗ ਵਿੱਚ ਬੁਲਾਇਆ ਗਿਆ ਸਾਰੇ ਬੋਲਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਖੜਗੇ ਨੇ ਅੱਗੇ ਕਿਹਾ ਕਿ ਅਸੀਂ ਇਸ ਨੂੰ ਦੋ ਸਲੋਟਾਂ ਵਿੱਚ ਕਰਨ ਦੇ ਲਈ ਕਿਹਾ ਸੀ ਅਸੀਂ ਹਿੱਸਾ ਨਹੀਂ ਲੈ ਰਹੇ ਕਿਉਂਕਿ ਸਾਰਿਆਂ ਨੂੰ ਕੋਵਿਡ-19 ਦੀ ਸਥਿਤੀ ਬਾਰੇ ਪਤਾ ਹੋਣਾ ਚਾਹੀਦਾ ਅਗਲੀ ਖਬਰ ਹੈ ਕਿਸਾਨਾਂ ਨੇ ਸੰਸਦ ਕੂਚ ਨੂੰ ਲੈ ਕੇ ਕੀਤੇ ਵੱਡੇ ਫੈਸਲੇ ਇੰਜ ਹੋਣਗੇ ਰਵਾਨਾ ਆ ਦੋਸਤੋ ਪੰਜਾਬ ਦੀਆਂ 32 ਜਥੇਬੰਦੀਆਂ ਦੀ ਇੱਕ ਮਤੰਪੂਰਨ ਮੀਟਿੰਗ ਕੁੰਡਲੀ ਸਰਹੱਦ ਤੇ ਹੋਈ ਹੈ ਇਸ ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ 22 ਜੁਲਾਈ ਨੂੰ ਸਵੇਰੇ 9:00 ਵਜੇ ਮਾਰਚ ਦਾ ਪਹਿਲਾ ਜਥਾ ਸੰਸਦ ਨੂੰ ਰਵਾਨਾ ਹੋਵੇਗਾ ਕਿਸਾਨ ਹਰ ਰੋਜ਼ ਆਪਣੀ ਪਾਰਲੀਮੈਂਟ ਸਥਾਪਿਤ ਕਰਨਗੇ ਪਹਿਲੇ ਜਥੇ ਵਿੱਚ 200 ਕਿਸਾਨ 9 ਵਜੇ ਸਿੰਘੂ ਸਰਹੱਦ ਤੋਂ 5 ਬੱਸਾਂ ਵਿੱਚ ਦਿੱਲੀ ਦੇ ਲਈ ਰਵਾਨਾ ਹੋਣਗੇ ਦਿੱਲੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਲਿਖਤੀ ਤੌਰ ਤੇ ਕੁਝ ਨਹੀਂ ਦਿੱਤਾ ਅਗਲੀ ਖਬਰ ਹੈ ਸੰਸਦ ਦੇ ਵਿੱਚ ਮੁਰਗੂੰਜਿਆ ਖੇਤੀ ਕਾਨੂੰਨਾਂ ਦਾ ਮੁੱਦਾ ਇਕਜੁੱਟ ਹੋਏ ਪੰਜਾਬ ਦੇ ਸੰਸਦ ਮੈਂਬਰ ਤਾਂ ਦੋਸਤੋ ਪੰਜਾਬ ਦੇ ਸੰਸਦ ਮੈਂਬਰ ਹਰ ਸਿਮਰਤ ਬਾਦਲ ਮਨੀਸ਼ ਤਵਾੜੀ ਅਤੇ ਭਗਵੰਤ ਮਾਨ ਨੇ ਲਗਾਤਾਰ ਦੂਜੇ ਦਿਨ ਲੋਕ ਸਭਾ ਵਿੱਚ ਧਿਆਨ ਦਿਵਾਉ ਮਤਾ ਪੇਸ਼ ਕਰਦਿਆਂ ਸਪੀਕਰ ਓਮ ਬਿਰਲਾ ਨੂੰ ਸਦਨ ਮੁਲਤਵੀ ਕਰਨ ਤੇ ਅੰਦੋਲਨਕਾਰੀ ਕਿਸਾਨਾਂ ਦੀਆਂ ਚਿੰਤਾਵਾਂ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਕਜੁੱਟ ਨਜ਼ਰ ਦੇ ਵਿੱਚ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਮੁੱਦਾ ਤੁਰੰਤ ਉਠਾਇਆ ਜਾਣਾ ਚਾਹੀਦਾ ਕਿਉਂਕਿ ਕਿਸਾਨ ਕਾਲੇ ਖੇਤ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਵਿਰੋਧ ਕਰ ਰਹੇ ਨੇ ਤੇ ਦਬਾਅ ਵੀ ਬਣਾ ਰਹੇ ਨੇ ਅਗਲੀ ਖਬਰ ਹੈ ਆਖਰੀ ਸਮੇਂ ਤੇ ਵੀ ਰੱਦ ਹੋ ਸਕਦੀਆਂ ਨੇ ਟੋਕੀਓ 올림픽 ਖੇਡਾਂ ਵੱਧਦੇ ਕੇਸਾਂ ਕਰਕੇ 올림픽 ਸੀਈਓ ਨੇ ਜਤਾਇਆ ਖਦਸਾ ਤਾਂ ਦੋਸਤੋ ਟੋਕੀਓ 올림픽 2020 ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਤੋਸ਼ੀਰੋ ਮਟੋ ਨੇ ਜਪਾਨ ਵਿੱਚ ਵੱਧ ਰਹੇ ਕੋਵਿਡ-19 ਕੇਸਾਂ ਵਿੱਚ ਟੋਕੀਓ 올림픽 ਖੇਡਾਂ 2020 ਦੇ ਪੂਰੀ ਤਰ੍ਹਾਂ ਰੱਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਗਲੀ ਖਬਰ ਹੈ ਸਿਮਲਾ ਦੇ ਵਿੱਚ ਮੀਂਹ ਪੈਣ ਕਾਰਨ ਮੌਸਮ ਹੋਇਆ ਠੰਡਾ ਸੈਲਾਨੀ ਲੈ ਰਹੇ ਨੇ ਮੌਸਮ ਦਾ ਮਜ਼ਾ ਤਾਂ ਦੋਸਤੋ ਆਖਰਕਾਰ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਤ ਮਿਲ ਹੀ ਗਈ ਹੈ ਦੇਸ਼ ਦੇ ਹਰਿਆਣਾ ਪੰਜਾਬ ਅਤੇ ਹਿਮਾਚਲ ਦੇ ਵਿੱਚ ਮੌਨਸੂਨ ਦੀ ਸ਼ੁਰੂਆਤ ਵੀ ਹੋਈ ਹੈ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਤਿੰਨੋਂ ਸੂਬਿਆਂ ਦੇ ਵਿੱਚ ਝਮਾਂ ਝਮ ਬਾਰਿਸ਼ ਹੋ ਰਹੀ ਹੈ ਇਸ ਦੇ ਨਾਲ ਹੀ ਹਿਮਾਚਲ ਦੇ ਸਿਮਲਾ ਵਿੱਚ ਵੀ ਜ਼ੋਰਦਾਰ ਬਾਰਿਸ਼ ਹੋਈ ਹੈ ਅਗਲੀ ਖਬਰ ਹੈ ਕਿਸਾਨਾਂ ਦੇ ਐਲਾਨ ਤੋਂ ਘਭराई ਮੋਦੀ ਸਰਕਾਰ ਸੜਕ ਤੋਂ ਲੈ ਕੇ ਅਸਮਾਨ ਤੱਕ ਸਖਤ ਸੁਰੱਖਿਆ ਪ੍ਰਬੰਧ ਟਰੈਕਟਰਾਂ ਦੀ ਐਂਟਰੀ ਤੇ ਲਾਈ ਪਾਬੰਦੀ ਤਾਂ ਦੋਸਤੋ ਕਿਸਾਨ ਅੰਦੋਲਨ ਤੇ ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇ ਨਜ਼ਰ ਸੰਸਦ ਭਵਨ ਦੀ ਸੜਕ ਤੋਂ ਲੈ ਕੇ ਅਸਮਾਨ ਤੱਕ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੀ 24 ਘੰਟੇ ਸੁਰੱਖਿਆ ਹੋਵੇਗੀ ਸੰਸਦ ਦੀ ਸੁਰੱਖਿਆ ਲਈ ਪੱਧਰਾਂ ਤੇ ਕੀਤੀ ਗਈ ਹੈ ਦੂਜੇ ਪਾਸੇ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਨੂੰ ਸਖਤ ਦੇਸ਼ ਦਿੱਤੇ ਨੇ ਕਿ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਟਰੈਕਟਰ ਨੂੰ ਦਿੱਲੀ ਦੇ ਖੇਤਰ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦਿਨ ਭਰ ਸੰਸਦ ਦੇ ਆਸ-ਪਾਸ ਗਸ਼ਤ ਕਰਦੇ ਵਿਖਾਈ ਦੇਣਗੇ ਅਗਲੀ ਖਬਰ ਹੈ ਮੌਸਮ ਦਾ ਹਾਲ ਅੱਜ ਵੀ ਜਾਰੀ ਰਹੇਗਾ ਮੀਂਹ ਭਾਰੀ ਬਾਰਸ਼ ਕਾਰਨ ਹੁਣ ਤੱਕ 16 ਦੀ ਮੌਤ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਦੇਸ਼ ਭਰ ਦੇ ਵਿੱਚ ਬਾਰਸ਼ ਦੇ ਨਾਲ ਸੰਬੰਧਿਤ ਘਟਨਾਵਾਂ ਵਿੱਚ 16 ਵਿਅਕਤੀ ਦੀ ਮੌਤ ਹੋ ਗਈ ਹੈ ਤੇ 3 ਜ਼ਖਮੀ ਤੇ 4 ਹੋਰ ਡੁੱਬਣ ਦਾ ਖਤਰਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਾਰਸ਼ ਹੋਣ ਦੀ ਪੇਸ਼ਾਨਗੋਈ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਹਰਿਆਣਾ ਪੂਰਬੀ ਰਾਜਸਥਾਨ ਅਤੇ ਉੱਤਰ ਮੱਧ ਪ੍ਰਦੇਸ਼ ਦੇ ਵਿੱਚ ਵੀ ਭਾਰੀ ਵਾਰਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਅਗਲੀ ਖਬਰ ਹੈ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹੋਇਆ ਇਜਾਫਾ ਤਾਂ ਦੋਸਤੋ ਤੁਹਾਨੂੰ ਦੱਸியே ਕਿ ਇੱਕ ਮੰਤਰੀ ਬਾਜ਼ਾਰ ਦੇ ਵਿੱਚ ਬਹੁਮੁੱਲੀਆਂ ਧਾਤੂਆਂ ਦੀ ਗ੍ਰਾਫਟ ਵਿੱਚ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੇ ਭਾਅ ਵਿੱਚ 40 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ਵਿੱਚ ਹੁਣ 10 ਗ੍ਰਾਮ ਸੋਨੇ ਦੀ ਕੀਮਤ 49140 ਰੁਪਏ ਹੋ ਗਈ ਹੈ। ਉੱਥੇ ਹੀ 1 ਕਿਲੋ ਚਾਂਦੀ ਦੀ ਕੀਮਤ ਹੁਣ 68710 ਰੁਪਏ ਹੋ ਗਈ ਹੈ। ਅਗਲੀ ਖਬਰ ਹੈ ਹੁਣ ਪੈਟਰੋਲ ਪੰਪਾਂ ਤੇ ਵੀ ਫਾਸਟ ਟੈਗ ਸਿੱਧੇ ਬੈਂਕ ਵਿੱਚ ਕੱਟੇ ਜਾਣਗੇ ਤੁਹਾਡੇ ਪੈਸੇ। ਤਾਂ ਦੋਸਤੋ ਪਿਛਲੇ ਕੁਝ ਸਮੇਂ ਤੋਂ ਫਾਸਟ ਟੈਗ ਦੀ ਵਰਤੋਂ ਨੇ ਟੋਲ ਪਲਾਜ਼ਿਆਂ ਤੇ ਲੱਗਣ ਵਾਲੀ ਲਾਈਨ ਨੂੰ ਕਾਫੀ ਰਾਹਤ ਦਿੱਤੀ ਸੀ ਇਸ ਦੇ ਨਾਲ ਹੀ ਹੁਣ ਇਹ ਰਾਹਤ ਭਾਰਤ ਵਿੱਚ ਪੈਟਰੋਲ ਪੰਪਾਂ ਤੇ ਤੇਲ ਪਰਵਾਉਣ ਦੇ ਲਈ ਵੀ ਦਿੱਤੀ ਜਾ ਸਕਦੀ ਹੈ। ਕਿਉਂਕਿ ਰਿਪੋਰਟ ਦੇ ਅਨੁਸਾਰ ਤੇਲ ਪਰਵਾਉਣ ਦੇ ਲਈ ਕੈਸ਼ਲੈਸ ਮਤਲਬ ਸੰਪਰਕ ਰਹਿਤ ਭੁਗਤਾਨ ਦੇ ਲਈ ਇੰਡੀਅਨ ਔਇਲ ਕਾਰਪੋਰੇਸ਼ਨ ਦੇ ਨਾਲ ਨਕਦ ਦੀ ਰਹਿਤ ਮਤਲਬ ਸੰਪਰਕ ਰਹਿਤ ਇੰਡੀਅਨ ਔਇਲ ਕਾਰਪੋਰੇਸ਼ਨ ਦੇ ਨਾਲ ਸਹਿਯੋਗ ਕੀਤਾ ਜਿਸ ਤੋਂ ਬਾਅਦ ਫਾਸਟ ਟੈਗ ਯੂਜ਼ਰ ਜਿਨ੍ਹਾਂ ਦੇ ਖਾਤੇ ਵਿੱਚ ICICI ਨਾਲ ਜੁੜੇ ਨੇ ਉਹਨਾਂ ਨੂੰ ਦੇਸ਼ ਭਰ ਦੇ ਇੰਡੀਅਨ ਔਇਲ ਦੇ ਰਿਟੇਲ ਆਊਟਲੈਸ ਤੇ ਇਹ ਲਾਭ ਮਿਲੇਗਾ ਅਗਲੀ ਖਬਰ ਹੈ ਪਲਸ ਵਾਲਾ ਰਾਈਫਲ ਨੂੰ ਲੋਡ ਅਨਲੋਡ ਨਹੀਂ ਕਰ ਸਕਿਆ ADG EDG ਹੈਰਾਨ ਤੇ ਪਰੇਸ਼ਾਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਰੇਲਵੇ ਪੁਲਿਸ ਲਾਈਨ ਦੇ ਵਿੱਚ ਨਿਰੀਖਣ ਕਰਨ ਪਹੁੰਚੇ EDG ਰੇਲਵੇ ਪਿਊਸ ਆਨੰਦ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉੱਥੇ ਤਾਇਨਾਤ ਪੁਲਿਸ ਕਰਮੀਆਂ ਨੂੰ ਉਹਨਾਂ ਦੀ ਰਾਈਫਲ ਲੋਡ ਅਤੇ ਅਨਲੋਡ ਕਰਨ ਦੇ ਲਈ ਕਿਹਾ ਤਾਂ ਉੱਥੇ ਖੜਾ ਪੁਲਿਸ ਕਰਮੀ ਜਿਹਾ ਕਰਨ ਦੇ ਵਿੱਚ ناکਾਮ ਜਾਵ ਰਿਹਾ ਉਸੇ ਵੇਲੇ ਉੱਥੇ ਖੜੇ ਇੱਕ ਦੂਜੇ ਪੁਲਿਸ ਅਧਿਕਾਰੀ ਨੇ ਰਾਈਫਲ ਲੈ ਕੇ ਉਸ ਨੂੰ ਅਨਲੋਡ ਕੀਤਾ ਅਗਲੀ ਖਬਰ ਹੈ CBSE ਬੋਰਡ ਰਿਜ਼ਲਟ 10ਵੀਂ ਅਤੇ 12ਵੀਂ ਦੇ ਨਤੀਜੇ ਬਿਨਾ ਰੋਲ ਨੰਬਰ ਤੋਂ ਕਰੋ ਰਿਜ਼ਲਟ ਚੈੱਕ ਤਾਂ ਦੋਸਤੋ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ CBSE ਸੇਤੀ ਹੀ 10ਵੀਂ ਕਲਾਸ ਦਾ ਨਤੀਜਾ ਐਲਾਨੇਗਾ ਭਾਵੇਂ ਇਹ ਵੀ ਕਿਹਾ ਗਿਆ ਕਿ CBSE ਦਾ 10ਵੀਂ ਜਮਾਤ ਅਤੇ 12ਵੀਂ ਜਮਾਤ ਦਾ ਨਤੀਜਾ 20 ਜੁਲਾਈ ਨੂੰ ਜਾਰੂ ਜਾਰੀ ਕੀਤਾ ਜਾਵੇਗਾ ਪਰ ਸੁਭਾਵਨਾ ਕਿ ਨਤੀਜੇ ਐਲਾਨਣ ਵਿੱਚ ਦੇਰੀ ਹੋ ਸਕਦੀ ਹੈ ਇਸ ਦੇ ਲਈ CBSE 10ਵੀਂ ਕਲਾਸ ਦੇ ਵਿਦਿਆਰਥੀਆਂ ਇੱਕ ਗੱਲ ਬਾਰੇ ਚਿੰਤਤ ਨੇ ਕਿ CBSE ਦੀ ਅਧਿਕਾਰਤ ਵੈੱਬਸਾਈਟ cbseresult.nic.in ਤੇ ਬਿਨਾ ਰੋਲ ਨੰਬਰ ਦੇ 10ਵੀਂ ਤੇ 12ਵੀਂ ਦੇ ਨਤੀਜੇ ਕਿਵੇਂ ਜਾਂਚ ਕੀਤੇ ਜਾਣ ਤੁਹਾਨੂੰ ਦੱਸਿਏ ਕਿ CBSE ਬੋਰਡ ਪ੍ਰੀਖਿਆ ਦੇ ਨਤੀਜੇ ਆਨਲਾਈਨ ਜਾਰੀ ਕਰਦਾ ਹੈ ਤੇ ਵਿਦਿਆਰਥੀ ਦਾਖਲਾ ਕਾਰਡ ਤੇ ਦਿੱਤੇ ਗਏ ਰੋਲ ਨੰਬਰ ਅਤੇ ਹੋਰ ਬੇਰਵੀਆਂ ਦੀ ਵਰਤੋਂ ਕਰਕੇ ਆਪਣੀਆਂ ਮਾਰਕ ਸ਼ੀਟਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦੇ ਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਦਾ ਵੀ ਇਹੀ ਹਾਲ ਹੈ ਕਿ ਹੁਣ ਸਕੂਲ CBSE ਤੋਂ ਨਿਰਦੇਸ਼ਾਂ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਇਹ ਕਿਸ ਤਰ੍ਹਾਂ CBSE ਕਲਾਸ 10ਵੀਂ ਬੋਰਡ ਦੀ ਪ੍ਰੀਖਿਆ 2021 ਦਾ ਨਤੀਜਾ ਬਿਨਾ ਰੋਲ ਨੰਬਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਅਗਲੀ ਖਬਰ ਹੈ ਬਰਗਾੜੀ ਕਾਂਡ ਸੈੱਟ ਦੇ ਵੱਲੋਂ 8 ਡੇਰਾ ਪ੍ਰੇਮੀਆਂ ਦੇ ਖਿਲਾਫ ਚਲਾਨ ਪੇਸ਼ ਤਾਂ ਦੋਸਤੋ ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ 8 ਡੇਰਾ ਪ੍ਰੇਮੀਆਂ ਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਡੇਰਾ ਪ੍ਰੇਮੀਆ ਉੱਪਰ ਦੋਸ਼ ਹੈ ਕਿ ਉਹਨਾਂ ਨੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ 24 ਸਤੰਬਰ 2015 ਨੂੰ ਪਿੰਡ ਬਰਗਾੜੀ ਵਿੱਚ ਇਤਰਾਜਜੋਗ ਪੋਸਟਰ ਲਾਏ ਸਨ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਇਤਰਾਜਜੋਗ ਭਾਸ਼ਾ ਵੀ ਵਰਤੀ ਗਈ ਸੀ ਅਗਲੀ ਖਬਰ ਹੈ ਨਵਜੋਤ ਸਿੰਘ ਸਿੱਧੂ ਤੋਂ ਕੈਪਟਨ ਦੇ ਹਮੈਤੀ ਬਣਾਉਣ ਲੱਗੇ ਦੂਰੀਆਂ ਆਹ ਦੋਸਤੋ ਕੈਪਟਨ ਖੇਮੇ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਮੂੰਹ ਖੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਨਿਸ਼ਾਨਾ ਕੈਬਨਟ ਮੰਤਰੀ ਬ੍ਰਹਮਿੰਦਰਾ ਸਿੰਘ ਤੇ ਲਾਇਆ ਜਦੋਂ ਕਿ ਅੱਧੀ ਦਰਜਨ ਮੰਤਰੀ ਹਾਲੇ ਵੀ ਨਵਜੋਤ ਸਿੰਘ ਸਿੱਧੂ ਤੋਂ ਪਾਸਾ ਵੱਟ ਰਹੇ ਨੇ ਅਗਲੀ ਖਬਰ ਹੈ ਪੰਜਾਬ ਦੇ ਵਿੱਚ 26 ਤੋਂ ਖੁੱਲਣਗੇ ਵੱਡੀਆਂ ਜਮਾਤਾਂ ਦੇ ਲਈ ਸਕੂਲ ਤਾਂ ਦੋਸਤੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰੋਨਾ ਦੇ ਪੋਜ਼ਿਟਿਵ ਕੇਸਾਂ ਦੀ ਦਰ ਘਟਣ ਦੇ ਮੱਦੇ ਨਜ਼ਰ ਕੋਵਿਡ-19 ਸੰਬੰਧੀ ਪਾਬੰਦੀਆਂ ਢਿੱਲਾ ਦਿੱਤੀ ਹੈ ਜਿਨ੍ਹਾਂ ਦੇ ਮੁੱਖ ਤੌਰ ਤੇ ਹੁਣ 26 ਜੁਲਾਈ ਤੋਂ 10ਵੀਂ 11ਵੀਂ ਅਤੇ 12ਵੀਂ ਤੱਕ ਸਕੂਲ ਕੋਵਿਡ-19 ਦੇ ਨਿਯਮਾਂ ਦੇ ਨਾਲ ਖੋਲੇ ਜਾ ਸਕਣਗੇ ਪੰਜਾਬ ਸਰਕਾਰ ਨੇ ਇਹ ਸ਼ਰਤ ਲਗਾਈ ਹੈ ਕਿ ਸਿਰਫ ਕਰੋਨਾ ਰੋਕੂ ਟੀਕੇ ਦੀਆਂ ਖੁਰਾਕਾਂ ਲਗਵਾਉਣ ਵਾਲੇ ਅਧਿਆਪਕ ਅਤੇ ਸਟਾਫ ਨੂੰ ਸਰੀਰਕ ਤੌਰ ਤੇ ਹਾਜ਼ਰ ਹੋਣ ਦੀ ਪ੍ਰਵਾਨਗੀ ਮਿਲੇਗੀ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਵੀ ਲਿਖਤੀ ਤੌਰ ਉੱਤੇ ਸੂਚਿਤ ਕਰਨਾ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਸਕੂਲਾਂ ਚ ਬਾਕੀ ਕਲਾਸਾਂ ਵੀ ਇਸੇ ਤਰ੍ਹਾਂ 2 ਅਗਸਤ ਤੋਂ ਖੋਲਣ ਦੀ ਆਗਿਆ ਹੋਵੇਗੀ। ਅਗਲੀ ਖਬਰ ਹੈ। ਦੇਸ਼ ਦੇ ਵਿੱਚ 125 ਦਿਨਾਂ ਦੌਰਾਨ ਕਰੋਨਾ ਦੇ ਸਭ ਤੋਂ ਘੱਟ 30093 ਨਵੇਂ ਕੇਸ। ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਜੁਲਾਈ ਵਿੱਚ ਭਾਰਤ ਦੇ ਦੌਰਾਨ ਕਿੱਕ ਦਿਨ ਦੇ ਅੰਦਰ ਕਵਰਡ 90 ਦੇ ਸਭ ਤੋਂ ਘੱਟ 30,093 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ 125 ਦਿਨਾਂ ਵਿੱਚ ਦੇਸ਼ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵਧ ਕੇ 3 ਕਰੋੜ 11 ਲੱਖ 74,322 ਹੋ ਗਈ ਹੈ। ਸਿਹਤ ਮੰਤਰਾਲੇ ਦੇ ਵੱਲੋਂ ਅੱਜ ਜਾਰੀ ਕੀਤੇ ਗਏ 24 ਘੰਟਿਆਂ ਦੇ ਅੰਕੜਿਆਂ ਦੇ ਅਨੁਸਾਰ 374 ਹੋਰ ਲੋਕਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਭਾਰਤ ਦੇ ਅੰਦਰ 4,11,000 482 ਹੋ ਗਈ ਹੈ ਪਿਛਲੇ 111 ਦਿਨਾਂ ਵਿੱਚ ਇੱਕ ਦਿਨ ਦੌਰਾਨ ਮਰਨ ਵਾਲਿਆਂ ਦੀ ਇਹ ਸਭ ਤੋਂ ਘੱਟ ਦਰ ਹੈ ਅਗਲੀ ਖਬਰ ਹੈ ਚੰਡੀਗੜ੍ਹ ਦੇ ਵਿੱਚ ਵੀ ਅਗਲੇ ਮਹੀਨੇ ਤੋਂ ਖੁੱਲਣਗੇ ਉੱਚ ਵਿਦਿਅਕ ਅਦਾਰੇ ਤਾਂ ਦੋਸਤੋ ਕਰੋਨਾ ਮਹਾਮਾਰੀ ਦੇ ਚੱਲਦਿਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸ਼ਹਿਰ ਦੇ ਕਾਲਜ ਯੂਨੀਵਰਸਿਟੀ ਅਤੇ ਉੱਚ ਸਿੱਖਿਆਕ ਅਦਾਰਿਆਂ ਨੂੰ ਯੂਟੀ ਪ੍ਰਸ਼ਾਸਨ ਨੇ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਇਹ ادارے ਅਗਲੇ ਅਕਾਦਮਿਕ ਸੈਸ਼ਨ ਤੋਂ ਅਗਸਤ ਮਹੀਨੇ ਤੋਂ ਸ਼ੁਰੂ ਕੀਤੇ ਜਾਣਗੇ। ਅਗਲੀ ਖਬਰ ਹੈ ਤਾਲਾਬੰਦੀ ਖੁੱਲਣ ਤੋਂ ਬਾਅਦ ਵਧੀਆਂ ਡਰਾਈ ਫਰੂਟ ਦੀਆਂ ਕੀਮਤਾਂ ਬੇਲਗਾਮ ਹੋਏ ਕਾਜੂ ਅਤੇ ਸੌਂਗੀ ਦੇ ਭਾ ਤਾਂ ਦੋਸਤੋ ਮੌਸਮ ਵਿੱਚ ਬਦਲਾਅ ਕਾਰਨ ਸੁੱਕੇ ਮੇਵਿਆਂ ਦੀ ਮੰਗ ਵੀ ਵੱਧ ਗਈ ਹੈ। ਦੂਜੇ ਪਾਸੇ ਕਰੋਨਾ ਵਾਇਰਸ ਦੀ ਰਫ਼ਤਾਰ ਮੱਧਮ ਪੈਂਦਿਆਂ ਹੀ ਡਰਾਈ ਫਰੂਟ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਨੇ ਪਿਛਲੇ 3 ਮਹੀਨਿਆਂ ਵਿੱਚ ਹੀ 25 ਤੋਂ 45% ਇਹ ਸਾਲ ਮਾਰ ਚੁੱਕੇ ਨੇ ਡ్రਾਈ ਫਰੂਟ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹਿਣ ਵਾਲਾ ਹੈ। ਅਗਲੀ ਖਬਰ ਹੈ ਅਮਰੀਕਾ ਨੇ ਭਾਰਤ ਦੇ ਲਈ ਯਾਤਰਾ ਸਲਾਹ ਵਿੱਚ ਦਿੱਤੀ ਟਲ ਤਾਂ ਦੋਸਤੋ ਅਮਰੀਕਾ ਨੇ ਭਾਰਤ ਦੇ ਲਈ ਯਾਤਰਾ ਸਲਾਹ ਵਿੱਚ ਤਬਦੀਲੀ ਕੀਤੀ ਹੈ। ਅਮਰੀਕਾ ਮੁਤਾਬਕ ਹੁਣ ਉਸ ਨੇ ਯਾਤਰਾ ਲਈ ਇੱਕ ਉਚਤਮ ਪੱਧਰ 4 ਤੋਂ ਪੱਧਰ 3 ਕਰ ਦਿੱਤਾ ਹੈ ਪੱਧਰ 4 ਦਾ ਮਤਲਬ ਹੈ ਕਿ ਬਿਲਕੁਲ ਯਾਤਰਾ ਨਹੀਂ ਕਰਨੀ ਜਦਕਿ ਪੱਧਰ 3 ਵਿੱਚ ਨਾਗਰਿਕਾਂ ਨੂੰ ਆਪਣੀ ਯਾਤਰਾ ਤੇ ਮੁੜ ਵਿਚਾਰ ਕਰਨ ਦੇ ਲਈ ਅਪੀਲ ਕੀਤੀ ਜਾਂਦੀ ਹੈ ਅਗਲੀ ਖਬਰ ਹੈ ਕੈਨੇਡਾ 7 ਸਤੰਬਰ ਤੋਂ ਵਿਦੇਸ਼ੀਆਂ ਦੇ ਲਈ ਖੋਲੇਗਾ ਆਪਣੀਆਂ ਸਰਹੱਦਾਂ ਪਰ ਭਾਰਤੀ ਉਡਾਨਾਂ ਤੇ ਪਾਬੰਦੀ ਜਾਰੀ ਹੈ ਤਾਂ ਦੋਸਤੋ ਕੈਨੇਡਾ ਸਰਕਾਰ ਨੇ 7 ਸਤੰਬਰ ਤੋਂ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਦੇ ਲਈ ਆਪਣੇ ਬਾਰਡਰ ਖੋਲਣ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸੀਏ ਕਿ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ 7 ਸਤੰਬਰ 2021 ਤੋਂ ਦੇਸ਼ ਦੀਆਂ ਸਰਹੱਦਾਂ ਨੂੰ ਅੰਤਰਰਾਸ਼ਟਰੀ ਟੂਰਿਜ਼ਮ ਦੇ ਲਈ ਖੋਲ ਦਿੱਤਾ ਜਾਵੇਗਾ ਭਾਵੇਂ ਕਿ ਕੈਨੇਡਾ ਨੇ 21 ਅਗਸਤ ਤੱਕ ਲਈ ਭਾਰਤ ਤੋਂ ਆਉਣ ਜਾਣ ਵਾਲੇ ਜਹਾਜ਼ਾਂ ਤੇ ਰੋਕ ਲਗਾ ਦਿੱਤੀ ਹੈ ਕੈਨੇਡਾ ਸਰਕਾਰ ਨੇ ਕਿਹਾ ਕਿ ਉਹ ਆਪਣੀਆਂ ਸਰਹੱਦਾਂ ਨੂੰ ਉਹਨਾਂ ਲੋਕਾਂ ਲਈ ਖੋਲੇਗਾ ਜਿਨ੍ਹਾਂ ਨੇ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣਗੀਆਂ ਬਿਆਨ ਦੇ ਮੁਤਾਬਕ ਕਰੋਨਾ ਵੈਕਸੀਨ ਦੀ ਦੂਜੀ ਖੁਰਾਕ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਰੀਬ 14 ਦਿਨ ਪਹਿਲਾਂ ਲੈਣੀ ਜ਼ਰੂਰੀ ਹੋਵੇਗੀ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਪਏ ਮੀਂਹ ਦੇ ਮਗਰੋਂ ਪੀਐਸ ਪੀਸੀਐਲ ਨੇ ਲਿਆ ਫੈਸਲਾ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਕੀਤੇ ਬੰਦ ਤਾ ਦੋਸਤੋ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕਟਾਂ ਤੋਂ ਵੱਡੀ ਰਾਤ ਮਿਲ ਗਈ ਹੈ ਜਿਸ ਦੇ ਚੱਲਦੇ ਪੀਐਸਪੀਸੀਐਲ ਦੇ ਵੱਲੋਂ ਬਿਜਲੀ ਦੀ ਘਾਟੀ ਮੰਗ ਨੂੰ ਦੇਖਦੇ ਹੋਏ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਵੀ ਬੰਦ ਕਰ ਦਿੱਤੇ ਗਏ ਨੇ ਥਰਮਲ ਪਲਾਂਟ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 3 4 ਅਤੇ 5 ਨੰਬਰ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਅਗਲੀ ਖਬਰ ਹੈ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ ਸਹਿਰ ਦੇ ਵਿੱਚ ਧਾਰਾ 144 ਲਾਗੂ ਕਰਕੇ ਲਾਈ ਇਹ ਰੋਕ ਤਾਂ ਦੋਸਤੋ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੇ ਵੱਲੋਂ ਸਹਿਰ ਦੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਇਸ ਦੇ ਨਾਲ ਹੀ ਧਰਨੇ ਪ੍ਰਦਰਸ਼ਨਾਂ ਤੇ ਰੋਕ ਵੀ ਲਾ ਦਿੱਤੀ ਗਈ ਹੈ ਜਿਸ ਦੇ ਤਹਿਤ ਸਹਿਰ ਦੀਆਂ ਜਨਤਕ ਥਾਵਾਂ ਤੇ ਕੋਈ ਵੀ ਸੰਗਠਨ ਜਾਂ ਜੂਨੀਅਨ ਧਰਨੇ ਪ੍ਰਦਰਸ਼ਨ ਨਹੀਂ ਕਰ ਸਕੇਗੀ ਅਗਲੀ ਖਬਰਾਂ ਕਰਜ਼ੇ ਦੇ ਵਿੱਚ ਡੁੱਬੇ ਅਨਿਲ ਅੰਬਾਨੀ ਦੇ ਲਈ ਮੁੜ ਤੋਂ ਆਈ ਬੁਰੀ ਖਬਰ 1629 ਕਰੋੜ ਰੁਪਏ ਦੀ ਵਿਕੀ ਇੱਕ ਹੋਰ ਕੰਪਨੀ ਤਾਂ ਦੋਸਤੋ ਬੁਰੀ ਤਰ੍ਹਾਂ ਕਰਜ਼ੇ ਦੇ ਵਿੱਚ ਡੁੱਬੇ ਅਨਿਲ ਧੀਰੂਪਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਲਈ ਮੁੜ ਬੁਰੀ ਖਬਰ ਆਈ ਹੈ ਉਹਨਾਂ ਦੀਆਂ ਕੰਪਨੀਆਂ ਇੱਕ ਇੱਕ ਕਰਕੇ ਵਿਕਦੀਆਂ ਜਾ ਰਹੀਆਂ ਨੇ ਤੇ ਹੁਣ ਅਨਿਲ ਅੰਬਾਨੀ ਦੀ ਇੱਕ ਹੋਰ ਕੰਪਨੀ ਵੀ ਵਿਕ ਗਈ ਹੈ ਹੁਣ ਜੋ ਕੰਪਨੀ ਵਿਕੀ ਹੈ ਉਸ ਦਾ ਨਾਮ ਰਿਲੈਂਸ ਕਮਰਸ਼ੀਅਲ ፋინਾਂਸ ਸੀ ਜਾਣਕਾਰੀ ਦੇ ਮੁਤਾਬਕ ਆਰਸੀਐਫ ਨੂੰ ਕਰਜ਼ਾ ਦੇਣ ਵਾਲੀਆਂ ਨੇ ਦਿਵਾਲੀਆ ਪ੍ਰਕਿਰਿਆ ਦੇ ਤਹਿਤ ਸੋਲੂਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਤੇ ਦੋਸਤੋ ਇਹ ਸੀ ਅੱਜ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਲੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ। ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ।